ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਸਪੋਰਟ ਫਾਰ ਐਜੂਕੇਸ਼ਨ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇੰਗਲਿਸ਼ ਕਲਾਸ 12 ਦਾ ਚੈਪਟਰ ਜਿਸ ਦਾ ਨਾਂ ਹੈ ਦਾ ਬਾਰਬਰਸ ਟ੍ਰੇਡ ਯੂਨੀਅਨ ਜੋ ਕਿ ਲਿਖਿਆ ਹੈ ਮੁਲਕ ਰਾਜ ਆਨੰਦ ਜੀ ਨੇ ਦੋਸਤੋ ਇਸ ਵੀਡੀਓ ਵਿੱਚ ਅਸੀਂ ਇਸ ਪਾਠ ਦੀ ਸਮਰੀ ਕਰਾਂਗੇ ਪੰਜਾਬੀ ਵਿੱਚ ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫਾਰ ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ ਆਓ ਸ਼ੁਰੂ ਕਰਦੇ ਹਾਂ ਤੇ ਇਹ ਕਹਾਣੀ ਹੈ ਇਸ ਦਾ ਮੁੱਖ ਪਾਤਰ ਹੈ ਚੰਦੋ ਤੇ ਵਸੇ ਇਸ ਦੇ ਦੋ ਮੁੱਖ ਪਾਤਰ ਹਨ ਚੰਦੂ ਤੇ ਲੇਖਕ ਨਰੇਟਰ ਪਰ ਸਭ ਤੋਂ ਜ਼ਿਆਦਾ ਮੁੱਖ ਪਾਤਰ ਹੈ ਸਭ ਤੋਂ ਵੱਡਾ ਮੁੱਖ ਪਾਤਰ ਹੈ ਚੰਦੂ ਜੋ ਕਿ ਇੱਕ ਬਾਰਬਰ ਬੋਇਆ ਨਾਈ ਦਾ ਮੁੰਡਾ ਹੈ ਤੇ ਨਰੇਟਰ ਲੇਖਕ ਦਾ ਉਹ ਬਚਪਨ ਦਾ ਦੋਸਤ ਹੈ ਤੇ ਦੋਨੋਂ ਬਚਪਨ ਵਿੱਚ ਇਕੱਠੇ ਖੇਡਦੇ ਹੁੰਦੇ ਸੀਗੇ ਤੇ ਚੰਦੂ ਹੈ ਉਹ ਨਰੇਟਰ ਤੋਂ 6 ਮਹੀਨੇ ਵੱਡਾ ਹੈ ਉਹ ਹਮੇਸ਼ਾ ਹਰ ਗੱਲ ਵਿੱਚ ਉਹ ਲੀਡ ਲੈਂਦਾ ਅਗਵਾਈ ਕਰਦਾ ਜਿਹੜਾ ਚੰਦੂ ਹੈ ਹਰ ਗੱਲ ਵਿੱਚ ਹਰ ਗੱਲ ਦੀ ਅਗਵਾਈ ਕਰਦਾ ਆਲਵੇਸ ਟੂਕ ਲੀਡ ਇਨ ਆਲ ਦਾ ਮੈਟਰਸ ਤੇ ਨਰੇਟਰ ਹਮੇਸ਼ਾ ਉਸ ਨੂੰ ਫੋਲੋ ਕਰਦਾ ਹੈ ਕਿਉਂ ਕਿਉਂਕਿ ਉਹ ਐਕਸਪਰਟ ਹੈ ਕਿਸ ਕਿਸ ਕੇ ਸੀ ਇਸ ਐਕਸਪਰਟ ਹੈ ਕੈਚਿੰਗ ਵਾਸਪ ਪ੍ਰਿੰਡਾ ਫਣੰਡਾ ਐਕਸਪਰਟ ਹੈ ਤੇ ਪ੍ਰਿੰਡਾ ਦਾ ਫੜ ਕੇ ਕੀ ਕਰਦਾ ਚੰਦੂ ਉਹਨਾਂ ਦੇ ਪੁੱਛ ਵਿੱਚੋਂ ਜ਼ਹਿਰ ਉਹ ਕੱਢ ਦਿੰਦਾ ਤੇ ਉਹਨਾਂ ਦੇ ਪੁੱਛ ਨੂੰ ਧਾਗੇ ਨਾਲ ਬੰਦ ਬੰਦਨਦਾ ਤੇ ਪ੍ਰਿੰਡਾ ਨੂੰ ਉਡਾ ਦਿੰਦਾ ਤੇ ਨਰੇਟਰ ਇਸ ਕਰਕੇ ਵੀ ਉਸ ਨੂੰ ਪਰਫੈਕਟ ਸਮਝਦਾ ਕਿਉਂ ਕਿ ਚੰਦੂ ਹੀ ਕੁਡ ਮੇਕ ਐਂਡ ਫਲਾਈ ਕਾਈਟ ਆਫ ਵੈਰੀ ਗੁੱਡ ਡਿਜ਼ਾਈਨਸ ਵੀ ਚੰਦੂ ਹੈ ਅਲੱਗ ਅਲੱਗ ਡਿਜ਼ਾਈਨ ਦੀ ਪਤੰਗਾ ਬਣਾਉਂਦਾ ਤੇ ਉਹਨਾਂ ਨੂੰ ਉਡਾਂਦਾ ਵੀ ਹੈ एट स्कूल ही वाज नॉट गोइंग ए ही वाज नॉट गुड इन डूइंग सम्स एज हिज फादर पुट हिम इन लर्निंग द ट्रेड ऑफ बार्बर ते बट स्कूल विच मैथस ते समय चंगी तरह सॉल्व नहीं कर पंदा क्यों नहीं कर पंदा चंदू चंगी तरह सम सॉल्व क्योंकि उसके पिताजी ने उसको नाई का काम है वो सिखा रहे ने मींस की वो लोका दे बाल कटदा ते स्कूल होमवर्क करण दा बिल्कुल भी टाइम है नहीं है बट चंदू नु है पोएट्री कविता मां बहुत ही चंगी तरह आंदियां नी ਤੇ ਲੇਖਕ ਦੀ ਮਾਂ ਨੂੰ ਵਧੀਆ ਨਹੀਂ ਲੱਗਦਾ ਚੰਦੂ ਕਿਉਂ ਨਹੀਂ ਵਧੀਆ ਲੱਗਦਾ ਕਿਉਂਕਿ ਚੰਦੂ ਨੂੰ ਐ ਸਕਾਲਰਸ਼ਿਪ ਮਿਲੀ ਹੁੰਦੀ ਹੈ ਸਕੂਲ ਵਿੱਚ ਉਹ ਕਿ ਵਜੀਫਾ ਮਿਲਿਆ ਹੁੰਦਾ ਸਕਾਲਰਸ਼ਿਪ ਮਿਲੀ ਹੁੰਦੀ ਹੈ ਤੇ ਇੱਕ ਹੋਰ ਗੱਲ ਹੈ ਕਿ ਉਸ ਲੇਖਕ ਦੀ ਮਾਂ ਨੂੰ ਵਧੀਆ ਨਹੀਂ ਲੱਗਦਾ ਕਿਉਂਕਿ ਜਿਹੜਾ ਚੰਦੂ ਹੈ ਉਹ ਲੋ ਕਾਸਟ ਬੋਏ ਵੀ ਨੀਵੀਂ ਜਾਤ ਦਾ ਹੈ ਤੇ ਉਸ ਸਮੇਂ ਦੀ ਕਹਾਣੀ ਹੈ ਜਦੋਂ ਜਾਤ ਪਾਤ ਦਾ ਕਾਫੀ ਜ਼ਿਆਦਾ ਮੀਨਸ ਕੀ ਮੰਨਿਆ ਜਾਂਦਾ ਸੀ ਕਿ ਉੱਚੀ ਜਾਤ ਹੈ ਨੀਵੀਂ ਜਾਤ ਹੈ ਹੁਣ ਲੇਖਕ ਦੀ ਗੱਲ ਕੀਤੀ ਗਈ ਹੈ ਕਿ ਲੇਖਕ ਦੇ ਮੱਥੇ ਤੇ ਉਸਦੀ ਮੈਂ ਤਿਲਕ ਲਗਾਉਂਦੀ ਸੀ ਤੇ ਉਹ ਟਾਈਟ ਕਾਟਨ ਟਰਾਊਜ਼ਰਸ ਪੰਦਾ ਸੀਗਾ ਤੇ 골ਡ ਵਰਕਡ ਸ਼ੂਜ਼ ਪੰਦਾ ਸੀਗਾ ਤੇ ਸਿਲਕ ਟਰਬਨ ਉਸ ਨੂੰ ਪਾਣੀ ਪੈਂਦੀ ਸੀ ਤੇ ਹੁਣ ਉਸ ਦਾ ਪਹਿਰਾਵਾ ਬਿਲਕੁਲ ਜਿਵੇਂ ਉੱਚੀ ਜਾਤੀ ਵਾਲੇ ਲੋਕਾਂ ਦੀ ਹੁੰਦੀ ਹੈ ਤੇ ਉਸ ਤਰ੍ਹਾਂ ਦਾ ਪਹਿਰਾਵਾ ਸੀਗਾ ਲੇਖਕ ਦਾ ਪਰ ਚੰਦੂ ਕੀ ਪੰਦਾ ਸੀਗਾ ਲੋਕਾਂ ਦੇ ਦਿੱਤੇ ਹੋਏ ਕੱਪੜੇ ਤੇ ਚੰਦੂ ਯੂਜ਼ ਟੂ ਵੇਅਰ ਅ ਪੇਅਰ ਆਫ ਖਾਕੀ ਸ਼ਾਰਟਸ ਵਿਚ ਵਾਸ ਵਿਚ ਰਿਟਾਇਰਡ ਸੂਬੇਦਾਰ ਹੈਡ ਗਿਵਨ ਹਿਮ ਜਿਵੇਂ ਸੂਬੇਦਾਰ ਨੇ ਉਸ ਨੂੰ ਖਾਕੀ ਰੰਗ ਦੀ ਸ਼ਾਰਟ ਦਿੱਤੀ ਉਸ ਨੇ ਉਹ ਪਾ ਲਿਆ ਤੇ ਬਲੈਕ ਵੈਲਵੈਟ ਵੈਸਟ ਕੋਟ ਐਂਡ ਰਾਉਂਡ ਕੈਪ ਲਾਲਾ ਹੁਕਮਚੰਦ ਲਾਇਰ ਆਫ ਲਾਇਰ ਆਫ ਵਿਲੇਜ ਹੈਡ গিਵਨ ਹਿਮ ਤੇ ਹੁਣ ਉਸ ਪਿੰਡ ਦਾ ਇੱਕ ਵਕੀਲ ਆ ਲਾਲਾ ਹੁਕਮਚੰਦ ਤੇ ਉਸ ਨੂੰ ਤੇ ਉਹਨੇ ਉਸ ਨੂੰ ਕੁਝ ਕਪੜੇ ਦਿੱਤੇ ਤੇ ਉਸਨੇ ਉਹ ਪਾ ਲਈ ਤੇ ਇਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਸੀਗਾ ਚੰਦੋ ਦਾ ਲੋਕਾਂ ਦੇ ਦਿੱਤੇ ਹੋਏ ਕੱਪੜਿਆਂ ਦਾ ਤੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਚੰਦੂ ਦਾ ਫਾਦਰ ਦੀ ਡੈਥ ਹੋ ਜਾਂਦੀ ਹੈ ਚੰਦੂ ਫਾਦਰ ਡਾਈਡ ਤੇ ਹੁਣ ਚੰਦੂ ਕੀ ਕਰਦਾ ਕਿ ਹੀ ਯੂਸ ਟੂ ਗੋ ਟੂ ਹਾਊਸਸ ਆਫ ਅਪਰ ਕਾਸਟ ਪੀਪਲ ਟੂ ਕੱਟ देयर हेयर ਐਂਡ ਸ਼ੇਵ 뎀 ਤੇ ਹੁਣ ਲੋਕਾਂ ਦੇ ਕੰਮ ਕਰ ਜਾਂਦਾ ਉਹਨਾਂ ਦੇ ਵਾਲ ਕੱਟਦਾ ਉਹਨਾਂ ਦੀ ਸ਼ੇਵ ਸ਼ੇਵ ਕਰਦਾ ਤੇ ਲਾਲਾ ਹੁਕਮਚੰਦ ਹੁੰਦੇ ਨੇ ਜੋ ਕਿ ਵਕੀਲ ਹੈ ਜਿਨ੍ਹਾਂ ਦੀ ਗੱਲ ਅਸੀਂ ਪਹਿਲਾਂ ਵੀ ਕੀਤੀ ਸੀਗੀ ਤੇ ਉਹ ਸ਼ਹਿਰ ਜਾਂਦੇ ਨੇ ਆਪਣੀ ਬੱਗੀ ਤੇ ਕੈਰੇਜ ਤੇ ਆਪਣੀ ਬੱਗੀ ਤੇ ਰੋਜ਼ ਹੀ ਸ਼ਹਿਰ ਜਾਂਦੇ ਨੇ ਤੇ ਚੰਦੂ ਵੀ ਉਹਨਾਂ ਨਾਲ ਸ਼ਹਿਰ ਜਾਂਦਾ ਉਹਨਾਂ ਦੇ ਫੁੱਟ ਰੈਸਟ ਤੇ ਬੈਠ ਕੇ ਤੇ ਉਧਰ ਸ਼ਹਿਰ ਜਾ ਕੇ ਵੀ ਉਹ ਲੋਕਾਂ ਦੇ ਜਿਹੜੇ ਵਾਲ ਹੈ ਉਹ ਕੱਟਦਾ ਤੇ ਹੁਣ ਚੰਦੂ ਹੈ ਕੁਝ ਖਰੀਦਣ ਤੇ ਸ਼ਹਿਰ ਜਾਂਦਾ ਤੇ ਸਕੂਲ ਛੱਡ ਦਿੰਦਾ ਚੰਦੂ ਤੇ ਚੰਦੂ ਹੈ ਆਪਣੇ ਮਿੱਤਰ ਲਈ ਆਪਣੇ ਦੋਸਤ ਲਈ ਲੇਖਕ ਲਈ ਕੁਝ ਨਾ ਕੁਝ ਸ਼ਹਿਰੋਂ ਲੈ ਕੇ ਆ ਰਿਹਾ ਹੁੰਦਾ ਤੇ ਲੇਖਕ ਨੂੰ 3 ਮਾਈਲ ਤੇ 1 ਮਾਈਲ ਹੁੰਦਾ 1.6 ਕਿਲੋਮੀਟਰ 3 ਮਾਈਲ ਹੋ ਗਿਆ 4.8 ਯਾਨੀ ਕਿ ਆਲਮੋਸਟ ਤੁਸੀਂ ਮੰਨ ਲਓ ਕਿ 5 ਕਿਲੋਮੀਟਰ ਉਸ ਨੂੰ ਸਕੂਲ ਜਾਣਾ ਪੈਂਦਾ ਲੇਖਕ ਨੂੰ ਪਰ ਜਿਹੜਾ ਚੰਦੂ ਹੈ ਉਹ ਸਕੂਲ ਛੱਡ ਛੱਡ ਦਿੰਦਾ ਤੇ ਹੁਣ ਇੱਕ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਨੇ ਤੇ ਚੰਦੂ ਆ ਦੱਸਦਾ ਕਿ ਉਹ ਨਾ ਕਾਲਾ ਖਾਨ ਜੋ ਕਿ ਡੈਂਟਿਸਟ ਹੈ ਉਹਦੇ ਵਰਗੀ ਡਰੈਸ ਹੈ ਉਹ ਉਹ ਲੈਣਾ ਚਾਹੁੰਦਾ ਤੇ ਕਾਲਾ ਖਾਨ ਦੀ ਗੱਲ ਕੀਤੀ ਗਈ ਕਿ ਕਾਲਾ ਖਾਨ ਹੈ ਉਹ ਹੈ ਕੌਣ ਤੇ ਉਹ ਇੱਕ ਡੈਂਟਿਸਟ ਹੈ ਤੇ ਉਹ ਯੰਗ ਮੈਨ ਹੈ ਨੌਜਵਾਨ ਡੈਂਟਿਸਟ ਹੈ ਵਿਦ हेयर 파ਰਟਡ ਔਨ ਵਨ ਸਾਈਡ ਕਿ ਇੱਕ ਪਾਸੇ ਉਹਦੇ ਵਾਲ ਹਨ ਡਰੈਸ ਇਨ ਸਟਾਰਚ ਸ਼ਰਟ ਜਿਵੇਂ ਸਟਾਰਚ ਸ਼ਰਟ ਬਿਲਕੁਲ ਅਕੜੀ ਹੋਈ ਸ਼ਰਟ ਹੈ ਉਹ ਪਾਉਂਦਾ ਵਿਦ ਐਨ ਆਇਵਰੀ ਕੋਲਰ ਐਂਡ ਅ ਬੋਟ ਆਈ ਤੇ ਉਸ ਦਾ ਜਿਹੜਾ ਕੋਲਰ ਹੈ ਸ਼ਰਟ ਦਾ ਉਹ ਆਇਵਰੀ ਕਲਰ ਦਾ ਹੈ ਤੇ ਬੋਟ ਆਈਓ ਪਾਉਂਦਾ ਹੈ ਬਲੈਕ ਕੋਟ ਪਾਉਂਦਾ ਹੈ ਸਟ੍ਰਿਪਡ ਟਰੌਜ਼ਰ ਕਿ ਤਾਰੀਆਂ ਵਾਲ ਜੈ ਪੈਂਟੋ ਵਾਲੀ ਪਾਉਂਦਾ ਹੈ ਕਾਲਾ ਖਾਨ ਜਿਸ ਵਿੱਚ ਤਾਰੀਆਂ ਲੱਗੀਆਂ ਹੋਣ ਤੇ ਐਂਡ ਵੰਡਰਫੁਲ ਰਬੜ ওভারਕੋਟ ਐਂਡ ਪੰਪਸ ਤੇ ਜਿਵੇਂ ਡਾਕਟਰ ਪਾਉਂਦੇ ਹੁੰਦੇ ਨੇ ਉਹਨਾਂ ਨੇ ওভারਕੋਟ ਤੇ ਪੰਪ ਡਾਕਟਰ ਦੇ ਜਿਹੜੇ ਡਾਕਟਰ ਰੱਖਦੇ ਹਨ ਤੇ ਉਸ ਤਰ੍ਹਾਂ ਦਾ ਸਾਮਾਨ ਰੱਖਦਾ ਕਿਉਂਕਿ ਉਹ ਇੱਕ ਡੈਂਟਿਸਟ ਹੈ ਤੇ ਉਹਦੇ ਕੋਲ ਇੱਕ ਅੰਗਰੇਜ਼ੀ ਅੰਗਰੇਜ਼ੀ ਲੈਦਰ ਦਾ ਹੈਂਡਬੈਗ ਹੈ ਜਿਸ ਵਿੱਚ ਉਸਦੇ ਸ਼ਾਈਨਿੰਗ ਸਟੀਲ ਇਨਸਟਰੂਮੈਂਟਸ ਨੇ ਜਿਵੇਂ ਡਾਕਟਰਾਂ ਦੇ ਔਜ਼ਾਰ ਹੁੰਦੇ ਹਨ ਸਟੀਲ ਦੇ ਤੇ ਉਸ ਤਰ੍ਹਾਂ ਦੇ ਹੁੰਦੇ ਹਨ ਤੇ ਚੰਦੋ ਵੀ ਉਸ ਤਰ੍ਹਾਂ ਦੀ ਡਰੈੱਸ ਹੈ ਉਹ ਪਾਣਾ ਚਾਹੁੰਦਾ ਤੇ ਨਰੇਟਰ ਨੂੰ ਕਹਿੰਦਾ ਲੇਖਕ ਨੂੰ ਕਹਿੰਦਾ ਕਿ ਮੈਂ ਪੰਜਵੀਂ ਤੱਕ ਤੇ ਪੜਿਆ ਹੋਇਆ ਤੇ ਮੈਂ ਇੰਨਾ ਜ਼ਿਆਦਾ ਐਜੂਕੇਟਿਡ ਡਾਕਟਰ ਤੇ ਨਹੀਂ ਹਾਂ ਬਟ ਮੈਨੂੰ ਇਹ ਪਤਾ ਹੈ ਕਿ ਲੋਕਾਂ ਦੇ ਪਿੰਪਲ ਆ ਕਿਸ ਤਰ੍ਹਾਂ ਠੀਕ ਕਰਦੇ ਠੀਕ ਕਿਤੇ ਜਾਂਦੇ ਨੇ ਬੋਇਲਸ ਤੇ ਕੱਟਸ ਹੁੰਦੇ ਨੇ ਜਿਵੇਂ ਨੇ ਲੋਕਾਂ ਦੀ ਬਾਡੀ ਵਿੱਚ ਉਹ ਕਿਸ ਤਰ੍ਹਾਂ ਠੀਕ ਕੀਤੇ ਜਾਂਦੇ ਨੇ ਕਿਉਂਕਿ ਉਹ ਨਾਈ ਹੈ ਤੇ ਜਦੋਂ ਸ਼ੇਪ ਵਗੈਰਾ ਕਰਦੇ ਨੇ ਤੇ ਲੋਕਾਂ ਨੂੰ ਪਿੰਪਲ ਵਗੈਰਾ ਹੋ ਜਾਂਦੇ ਨੇ ਤੇ ਚੰਦੂ ਨੂੰ ਵੀ ਇਹ ਹੁੰਦਾ ਵੀ ਉਹ ਕਿਸ ਤਰ੍ਹਾਂ ਠੀਕ ਕੀਤੇ ਜਾਂਦੇ ਹਨ ਤੇ ਉਹ ਕਹਿੰਦਾ ਕਿ ਉਸਦੇ ਫਾਦਰ ਕਿ ਉਸਨੇ ਉਸ ਆਪਣੇ ਫਾਦਰ ਤੋਂ ਸਿੱਖੇ ਸਿੱਖੇ ਨੇ ਲੋਕਾਂ ਦਾ ਪਿੰਪਲ ਠੀਕ ਕਰਨਾ ਤੇ ਉਸਦੇ ਫਾਦਰ ਨੇ ਆਪਣੇ ਫਾਦਰ ਤੋਂ ਸਿੱਖੀ ਹੈ ਇਹ ਕਲਾ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਨਰੇਟਰ ਹੈ ਚੰਦੂ ਨੂੰ ਐਨਕਰੇਜ ਕਰਦਾ ਕਿ ਤੂੰ ਇਸ ਤਰ੍ਹਾਂ ਦੇ ਕੱਪੜੇ ਲੈ ਲੈ ਕਿਉਂਕਿ ਜਿਹੜਾ ਚੰਦੂ ਹੈ ਉਹ ਨਰੇਟਰ ਵਾਸਤੇ ਇੱਕ ਹੀਰੋ ਦੇ ਵਾਂਗੂ ਹੈ ਤੇ ਹੁਣ ਕੀ ਹੁੰਦਾ ਕਿ ਚੰਦੂ ਉਸ ਤਰ੍ਹਾਂ ਦੇ ਕੱਪੜੇ ਲੈ ਲੈਂਦਾ ਕਿਹੜੇ ਕਿਹੜੇ ਕੱਪੜੇ ਲੈ ਤੇ ਕਿਹੜੇ ਕੱਪੜੇ ਉਹ ਲੈ ਕੇ ਪਾਉਂਦਾ ਵਾਈਟ ਟਰਬਨ ਵਾਈਟ ਰਬੜ ਕੋਟ ਪੰਪਸ ਲੈਦਰ ਬੈਗ ਜਿਵੇਂ ਕਾਲਾ ਖਾਂ ਵਾਲੇ ਕੱਪੜੇ ਉਹ ਉਸ ਤਰ੍ਹਾਂ ਦੇ ਕੱਪੜੇ ਲੈ ਲੈਂਦਾ ਤੇ ਲੇਖਕ ਉਸ ਨੂੰ ਕਹਿੰਦਾ ਮਾਰਵਲੈਸ ਤੇ ਹੁਣ ਜਿਹੜਾ ਚੰਦੂ ਲੋਰਡ ਬਜਾਏ ਚੰਦੇ ਸ਼ੇਵ ਕਰਨ ਜਾ ਰਿਹਾ ਉਹਦੇ ਵਾਲ ਕੱਟਣ ਜਾ ਰਿਹਾ ਹੁੰਦਾ ਤੇ ਉਹਦੇ ਪਿੱਛੇ ਪਿੱਛੇ ਉਸ ਦਾ ਮਿੱਤਰ ਨਰੇਟਰ ਵੀ ਚਲੇ ਜਾਂਦਾ ਤੇ ਜਦੋਂ ਬਜਾਏ ਚੰਦੇ ਕਰ ਜਾਂਦੇ ਆ ਬਜਾਏ ਚੰਦਾ ਪੁੱਤਰ ਹੁੰਦਾ ਦੇਵੀ ਛੋਟਾ ਬੇਟਾ ਤੇ ਉਹ ਆਪਣੇ ਹੱਥੋਂ ਕਲਾਪ ਕਰਦਾ ਪਰ ਬਿਜਾਇ ਚੰਦ ਨੂੰ ਬਹੁਤ ਗੁੱਸਾ ਆਉਂਦਾ ਬਹੁਤ ਬੁਰਾ ਭਲਾ ਕੰਦਾ ਕੀ ਕੰਦਾ ਉਹ ਚੰਦ ਨੂੰ ਰਾਮ 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 son of a pigs ਉਹਦੇ ਬੱਚੇ ਹੀ ਇਜ਼ ਬ੍ਰਿੰਗਿੰਗ ਲੈਦਰ ਬੈਗ ਆਫ ਕਾਹਵਾਈਡ ਐਂਡ ਕੋਟ ਆਫ ਸਮ ਐਨੀਮਲ ਸਮੈਰੋ ਵੀ ਉਹ ਗਊ ਮਾਸ ਦਾ ਬਣਿਆ ਹੋਇਆ ਲੈਦਰ ਬੈਗ ਤੇ ਕਿਸੇ ਹੋਰ ਜਾਨਵਰ ਦੇ ਮੈਰੋਨ ਨਾਲ ਬਣੇ ਹੋਏ ਬਣਿਆ ਹੋਇਆ ਕੋਟ ਪਾ ਕੇ ਆ ਗਿਆ ਗੈਟ ਆਊਟ ਕਿ ਤੂੰ ਬਾਹਰ ਚਲੇ ਜਾ ਸਨ ਆਫ ਅ ਡੈਵਲ ਸ਼ੈਤਾਨ ਦੇ ਪੁੱਤਰ ਯੂ ਵਿਲ ਡਿਫਾਈਲ ਮਾਈ ਰਿਲੀਜੀਅਨ ਤੂੰ ਮੇਰਾ ਧਰਮ ਧਰਮ ਹੈ ਉਹ ਪ੍ਰਸ਼ਟ ਕਰ ਦੇਗਾ ਆਈ ਸਪੋਜ਼ ਯੂ ਹੈਵ ਨੋ ਫੀਅਰ ਆਫ ਐਨੀਵਨ ਨਾਊ ਥੈਟ ਯੂਰ ਫਾਦਰ ਇਜ਼ ਡੈਡ ਕਿ ਹੁਣ ਤੇਰਾ ਜਿਹੜੇ ਹੁਣ ਤੇਰੇ ਪਿਤਾ ਦੀ ਮੌਤ ਹੋ ਗਈ ਹੁਣ ਤੈਨੂੰ ਕਿਸੇ ਚੀਜ਼ ਦਾ ਕੋਈ ਡਰ ਕਿਸੇ ਦਾ ਕੋਈ ਡਰ ਨਹੀਂ ਹੈ ਤੇ ਚੰਦੂ ਕਹਿੰਦਾ ਬਟ ਆਈ ਏਮ ਵੇਅਰਿੰਗ ਕਲੋਸ ਆਫ ਅ ਡਾਕਟਰ ਜਗੀਰਦਾ ਸਾਹਿਬ ਜਗੀਰਦਾ ਸਾਹਿਬ ਤੋਂ ਕਹਿੰਦਾ ਕਿ ਮੈਂ ਤਾਂ ਡਾਕਟਰ ਦੇ ਕੱਪੜੇ ਪਾਏ ਨੇ ਤੇ ਇਸ ਵਿੱਚ ਕੀ ਮਾੜਾ ਹੋ ਗਿਆ ਤੇ ਫਿਰ ਉਸ ਨੂੰ ਬੁਰਾ ਪਲਾ ਕਹਿੰਦਾ ਲੈਂਡਲੋਰਡ ਫਿਰ ਉਹ ਕਹਿੰਦਾ ਕਿ ਗੋ ਵੇ ਯੂ ਸਵਾਈਨ ਏਰ ਦਾ ਕਲੋਸ ਬੀ ਫਿਟਿੰਗ ਯੋਰ ਲੋ ਸਟੇਟਸ ਆਫ ਅ ਬਾਰਬਰ ਕਿ ਤੂੰ ਉਸ ਤਰ੍ਹਾਂ ਦੇ ਕੱਪੜੇ ਪਾ ਕੇ ਆ ਜੋ ਕਿ ਤੇਰੇ ਲੋ ਸਟੇਟਸ ਬਾਰਬਰ ਵਾਲਾ ਸਟੇਟਸ ਦਾ ਜਿਸ ਜਿੰਨਾ ਕੱਪੜਿਆਂ ਤੋਂ ਪਤਾ ਲੱਗੇ ਤੇ ਡੋਨਟ ਕਮ অর ਡੋਨਟ ਕਮ ਨੀਅਰ অর ਵੀ ਵਿਲ ਹੈਵ ਟੂ ਟਰੀਟ ਦਾ ਹੋਲ ਹਾਊਸ ਵਿਦ ਕਾਊ ਡੰਗ ਟੂ ਪਿਉਰੀਫਾਈ ਇਟ ਕਿਉਂਕਿ ਹੁਣ ਤੱਕ ਸਾਡੇ ਕਰੀਬ ਨਾ ਕਿ ਨਹੀਂ ਤਾਂ ਸਾਨੂੰ ਜਿਹੜਾ ਸਾਡਾ ਘਰ ਹੈ ਸਾਡਾ ਪੂਰਾ ਘਰ ਹੈ ਉਹ ਕਾਊ ਟੰਗ ਨਾਲ ਗੋਬਰ ਨਾਲ ਪਿਉਰੀਫਾਈ ਕਰਨਾ ਪੈਣਾ ਕਿਉਂਕਿ ਤੂੰ ਇਸ ਨੂੰ ਅਪਵਿੱਤਰ ਕਰ ਦੇਗਾ ਤੇ ਹੁਣ ਚੰਦੂ ਬਹੁਤ ਜ਼ਿਆਦਾ ਸ਼ੌਕ ਹੋ ਜਾਂਦਾ ਕਿਉਂਕਿ ਬਹੁਤ ਖੁਸ਼ੀ ਨਾਲ ਲੋਕ ਕਪੜੇ ਪਾ ਕੇ ਗਿਆ ਹੁੰਦਾ ਕਿ ਉਹ ਕਪੜੇ ਪਾਉਣਾ ਉਸ ਦਾ ਇੱਕ ਤਰ੍ਹਾਂ ਦਾ ਡ੍ਰੀਮ ਹੁੰਦਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਕਪੜੇ ਪਾ ਕੇ ਪਰ ਹੁਣ ਬਹੁਤ ਜ਼ਿਆਦਾ ਸ਼ੌਕ ਹੋ ਜਾਂਦਾ ਡੈਨਡਲ ਬਜਾਇਏ ਸੰਦੀ ਇਹਨਾਂ ਗੱਲਾਂ ਤੋਂ ਤੇ ਉਹ ਉਸ ਵੱਲ ਵੀ ਨਹੀਂ ਦੇਖਦਾ ਨਰੇਟਰ ਵੱਲ ਵੀ ਨਹੀਂ ਦੇਖਦਾ ਕਿਉਂਕਿ ਨਰੇਟਰ ਵਾਸਤੇ ਉਹ ਹੀਰੋ ਹੁੰਦਾ ਤੇ ਉਸੇ ਇਨਸਰਟ ਨਰੇਟਰ ਦੇ ਸਾਹਮਣੇ ਹੋਈ ਹੁੰਦੀ ਤੇ ਉਹ ਨਰੇਟਰ ਨਾਲ ਅੱਖਾਂ ਵੀ ਨਹੀਂ ਮਿਲਾ ਪੰਦਾ ਚੰਦੂ ਤੇ ਨਰੇਟਰ ਨੂੰ ਜਾ ਰਿਹਾ ਹੁੰਦਾ ਤੇ ਉਹ ਨਰੇਟਰ ਨੂੰ ਪਿੱਛੋਂ ਦੀ ਆਵਾਜ਼ ਮਾਰਦਾ ਕੀ ਗੋ ਟੂ ਪੰਡਿਤ ਪਰਮਾਨੰਤ ਪਰਮਾਨੰਦ ਐਂਡ ਟੈਲ ਹਿਮ ਥੈਟ ðiਸ ਗਾਰਮੈਂਟਸ ਆਰ ਨਾਟ ਅਨਕਲੀਨ ਕਿ ਤੂੰ ਪੰਡਿਤ ਪਰਮਾਨੰਦ ਕੋਲ ਚਰਾ ਜਾ ਤੈਨੂੰ ਇਹ ਕਹ ਦੇ ਕਿ ਗਾਰਮੈਂਟ ਆ ਉਹ ਅਨਕਲੀਨ ਨਹੀਂ ਹੈਗੇ ਤੇ ਵਿਚਕਾਰ ਉਹ ਥਨੂਰਾਮ ਸ਼ਾਹੂਕਾਰ ਦੀਨ ਕਿਰਿਆਨੇ ਦੀ ਦੁਕਾਨ ਤੇ ਵੀ ਜਾਂਦਾ ਤੇ ਉਹ ਵੀ ਕਿ ਸ਼ਾਹੂਕਾਰ ਵੀ ਇਸਤੰਪੁਰਾ ਪੱਲਾ ਕਹਿੰਦਾ ਤੇ ਹੁਣ ਜੋ ਪੰਡਿਤ ਪਰਮਾਨੰਦ ਹੈ ਉਹ ਉਸੇ ਟਾਈਮ ਹੀ ਬਜਾਇ ਚੰਦ ਲੈਂਡਲੋਰਡ ਬਜਾਇ ਚੰਦ ਦੇ ਘਰੋਂ ਬਾਹਰ ਬਾਹਰ ਆ ਰਿਹਾ ਹੁੰਦਾ ਤੇ ਉਹ ਕਹਿੰਦਾ ਕਿ ਯੂ ਆਰ ਇਨ ਲੀਗ ਵਿਦ ਹਿਮ ਕਿ ਤੂੰ ਵੀ ਇਸ ਨਾਲ ਸ਼ਾਮਿਲ ਹੈਂ ਦੇ ਹੁਣ ਜਿਹੜਾ ਪਰਮਾਨੰਦ ਹੈ ਉਹ ਲੈਂਡਲੋਰਡ ਵਿਜਾਇ ਚੰਦੇ ਕਰ ਕਿਉਂ ਗਿਆ ਹੁੰਦਾ ਟੂ ਡਿਸਕਸ ਦਾ ਅਨਹੋਲੀ ਐਮਰਜੈਂਸੀ ਕੀ ਹੈ ਅਨਹੋ ਅਨਹੋਲੀ ਐਮਰਜੈਂਸੀ ਤੇ ਉਹ ਐਮ ਅੰਦਰ ਵਿਜਾਇ ਚੰਦ ਕਿ ਉਹ ਨੇ ਉਸ ਦਾ ਕਰ ਰਿਹਾ ਉਹ ਅਪਵਿੱਤਰ ਕਰਤਾ ਤੇ ਉਹ ਕਰਨ ਨੂੰ ਪਵਿੱਤਰ ਕਰਨ ਲਈ ਡਿਸਕਸ ਕਰਨ ਲਈ ਬੁਲਾਇਆ ਜਾਂਦਾ ਪੰਡਿਤ ਨੂੰ ਲੈਂਡਲੋਰਡ ਵਿਜਾਇ ਚੰਦੇ ਕਰ ਤੇ ਉਸ ਨੂੰ ਲੇਖਕ ਨੂੰ ਕਹਿੰਦਾ ਕਿ ਯੂ ਆਰ ਅ ਹਾਈ ਕਾਸਟ ਬாய் ਹੀ ਇਜ਼ ਅ ਲੋ ਕਾਸਟ ਡੈਵਲ ਤੇ ਹੁਣ ਇਸ ਲਾਈਨ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਉੱਚੀ ਜਾਤੀਆਂ ਵਾਲਿਆਂ ਨੂੰ ਕਹਿੰਦੇ ਹੋ ਯੂ ਆਰ ਅ ਹਾਈ ਕਾਸਟ ਬாய் ਜਵੇਂ ਲੇਖਕ ਨੂੰ ਕਹਿ ਰਿਹਾ ਹੀ ਇਜ਼ ਅ ਲੋ ਕਾਸਟ ਡੈਵਲ ਤੇ ਨੀਵੀਂ ਜਾਤੀ ਵਾਲੇ ਜੇ ਬਾਰਬਰ ਦੇ ਮੁੰਡੇ ਨੂੰ ਚੰਦੂ ਨੂੰ ਕਹਿ ਰਿਹਾ ਕਿ ਹੀ ਇਜ਼ ਅ ਲੋ ਕਾਸਟ ਡੈਵਲ ਤੇ ਇਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਲੋਕੀ ਕਿੰਨੀ ਬੁਰੀਆਂ ਨਜ਼ਰਾਂ ਨਾਲ ਲੋਕ ਕਾਸਟ ਵਾਲਿਆਂ ਨੂੰ ਉਸ ਸਮੇਂ ਵਿੱਚ ਦੇਖਦੇ ਸਰ ਤੇ ਹੁਣ ਤੇ ਲੇਖਕ ਹੈ ਫਿਰ ਚੰਦੂ ਦੇ ਘਰ ਜਾਂਦਾ ਅਗਲੇ ਦਿਨ ਤੇ ਜਿਹੜਾ ਚੰਦੂ ਹੈ ਕਿੱਧਰ ਰਹਿੰਦਾ ਹੋਵਲ ਵਿੱਚ ਰਹਿੰਦਾ ਹੋਵਲ ਕੀ ਹੁੰਦਾ ਹੈ ਅ ਓਪਨ ਸ਼ੈਲਟਰ ਫॉर ਓਪਨ ਸ਼ੈਡ ਫॉर ਸ਼ੈਲਟਰਿੰਗ ਕੈਟਲ ਜਿੱਦ ਅਰ ਪਸ਼ੂ ਵਗੈਰਾ ਰੱਖੇ ਜਾਂਦੇ ਨੇ ਉੱਧਰ ਉਹ ਰਹਿੰਦੇ ਨੇ ਤੇ ਚੰਦੂ ਮਦਰ ਹੈ ਚੰਦੂ ਜੀ ਮਦਰ ਹੈ ਉਹ ਇੱਕ ਲੋ-ਕਾਸਟ ਔਮੈਨ ਉਹ ਇਲ ਟੈਂਪਰਡ ਹੈ ਇਲ ਟੈਂਪਰਡ ਕਿਉਂ ਕਿਉਂਕਿ ਉਹਨੇ ਸਾਰੀ ਉਮਰ ਆਪਣੇ 60 ਸਾਲ ਸਫਰਿੰਗਸ ਤੇ ਹਿਮਿਲੇਸ਼ਨਸ ਸਹਾਈਆਂ ਹਾਈ ਕਾਸਟ ਹਾਈ ਕਾਸਟ ਦੇ ਲੋਕਾਂ ਦੀ ਵੀ ਉਸ ਜਿਵੇਂ ਚੰਦੂ ਨੂੰ ਕਿਹਾ ਜਾ ਰਿਹਾ ਬੁਰਾ ਪਲਾ ਤੇ ਉਸ ਦੀ ਮਾਂ ਨੂੰ ਵੀ ਕਾਫੀ ਸਾਲ ਬੁਰਾ ਪਲਾ ਕੇ ਆ ਗਿਆ ਤੇ ਇਸ ਤਰ੍ਹਾਂ ਉਹ ਕਾਫੀ ਇਲ ਟੈਂਪਰਡ ਰਹਿੰਦੀ ਹੈ ਉਹ ਉੱਚੀ ਜਾਤੀ ਵਾਲਿਆਂ ਨੂੰ ਇਸ ਤਰ੍ਹਾਂ ਦੇਖਦੀ ਜਿਵੇਂ ਉਹ ਆਪਣੇ ਆਪ ਨੂੰ ਨਹੀਂ ਦੇਖਣਾ ਚਾਹੁੰਦੇ ਵੀ ਉਹਨੂੰ ਇਹਨਾਂ ਨੂੰ ਪੂਰਾ ਦੱਸਦੀ ਹੈ ਆਪਣੀ ਲੈਂਗੁਏਜ ਦੇ ਥਰੂ ਵੀ ਤੁਸੀਂ ਇਸ ਤਰ੍ਹਾਂ ਦੇ ਬੰਦੇ ਹੋ ਪਰ ਲੇਖਕ ਵਾਸਤੇ ਬਹੁਤ ਜ਼ਿਆਦਾ ਕਾਈਂਡ ਹੈ ਲੇ ਨੂੰ ਕਿ ਉਸ ਦਾ ਮਿੱਤਰ ਉਸ ਦਾ ਫਰੈਂਡ ਹੈ ਤੇ ਲੇਖਕ ਨਾਲ ਉਹ ਬੜੇ ਪਿਆਰ ਨਾਲ ਗੱਲ ਕਰਦੀ ਹੈ ਚੰਦੂ ਦੀ ਮਦਰ ਤੇ ਉਸ ਦੀ ਮਦਰ ਚੰਦੂ ਨੂੰ ਚੰਦੂ ਦੀ ਮਦਰ ਲੇਖਕ ਨੂੰ ਕਹਿੰਦੀ ਹੈ ਕਿ ਜੇ ਤੇਰੇ ਜੇ ਤੇਰੀ ਮਾਂ ਨੂੰ ਪਤਾ ਲੱਗਿਆ ਕਿ ਤੂੰ ਇੱਧਰ ਆਇਆ ਤਾਂ ਉਹ ਮੇਰੀ ਅੱਖਾਂ ਕੱਢ ਲੇਗੀ ਕਿਉਂਕਿ ਉਹ ਐ ਕਹੇਗੀ ਕਿ ਮੈਂ ਆਪਣੀ ਬੁਰੀ ਨਜ਼ਰ ਤੇਰੇ ਸਵੀਟ ਫੇਸ ਦੇ ਉੱਪਰ ਪਾਈ ਹੈ ਤੇ ਇਸ ਤਰ੍ਹਾਂ ਉਹ ਉਸ ਨੂੰ ਕਹਿੰਦੀ ਹੈ ਲੇਖਕ ਕਿ ਇਹ ਲੇਖਕ ਨੂੰ ਤੇ ਚੰਦੂ ਕਿੱਧਰ ਗਿਆ ਹੁੰਦਾ ਚੰਦੂ ਸ਼ਹਿਰ ਕਿਹਾ ਹੁੰਦਾ ਕਿ ਅਸੀਂ ਪਹਿਲਾਂ ਹੀ ਆ ਪੜਿਆ ਨਾ ਕਿ ਜਿਹੜਾ ਚੰਦੂ ਹੈ ਉਹ ਲਾਲਾ ਹੁਕਮ ਚਾਦ ਦੇ ਨਾਲ ਬੱਗੇ ਦੇ ਫੁਟਰੇਸੇ ਪੈ ਗਿਆ ਸ਼ਹਿਰ ਜਾਂਦਾ ਉੱਧਰ ਉਹ ਸ਼ੇਵਿੰਗ ਵਗੈਰਾ ਕਰਦਾ ਲੋਕਾਂ ਦੇ ਵਾਲ ਕੱਟਦਾ ਤੇ ਉੱਧਰ ਹੀ ਗਿਆ ਹੁੰਦਾ ਤੇ ਜਦੋਂ ਆਉਂਦਾ ਤੇ ਉਹ ਵਿਸਲ ਮਾਰਦਾ ਸੀਟੀ ਕਰਦਾ ਸੀਟੀ ਮਾਰਦਾ ਕਿ ਉਹਨਾਂ ਦਾ ਕੋਡਵਰਡ ਹੁੰਦਾ ਜਦੋਂ ਚੰਦੂ ਨੇ ਆਪਣੇ ਲੇਖਕ ਨੂੰ ਬੁਲਾਣਾ ਹੁੰਦਾ ਨਰੇਟਰ ਨੂੰ ਬੁਲਾਣਾ ਹੁੰਦਾ ਤਾਂ ਸੀਟੀ ਮਾਰਦਾ ਤੇ ਉਹ ਸੀਟੀ ਮਾਰਦਾ ਤੇ ਫਿਰ ਲੇਖਕ ਲੇਖਕ ਉਸ ਨੂੰ ਮਿਲਦਾ ਤੇ ਉਹ ਕਹਿੰਦਾ ਕਿ ਤੈਨੂੰ ਪਤਾ ਮੈ ਕਿਰੋਪਿਆ ਕਮਾਇਆ ਸ਼ਹਿਰ ਜਾ ਕੇ ਕਿ ਮੈਂ ਹੋਰ ਵੀ ਜ਼ਿਆਦਾ ਕਮਾ ਲੈਂਦਾ ਜੇ ਲਾਲਾ ਹੁਕਮਚੰਦ ਪਹਿਲਾਂ ਆਇਆ ਹੁੰਦਾ ਤੇ ਲਾਲਾ ਹੁਕਮਚੰਦ ਪਹਿਲਾਂ ਹੀ ਆ ਗਿਆ ਇਸ ਕਰਕੇ ਉਸ ਨੂੰ ਵੀ ਪਹਿਲਾਂ ਹੀ ਆਣਾ ਪਿਆ ਤੇ ਉਹ ਉਸ ਨੂੰ ਇਹ ਕਹਿੰਦਾ ਕਿ ਆਈ ਏਮ ਗੋਇੰਗ ਟੂ ਟੀਚ ðiਸ ਆਰਥੋਡਾਕਸ ਇਡੀਅਟਸ ਅ ਲੈਸਨ ਕਿ ਆਰਥੋਡਾਕਸ ਦਾ ਮਤਲਬ ਹੁੰਦਾ ਪਰੰਪਰਾਵਾਦੀ ਜਾਂ ਲਕੀਰ ਦੇ ਫਕੀਰ ਲੋਕ ਤੇ ਇਡੀਅਟਸ ਦਾ ਅਰਥ ਹੋ ਗਿਆ ਮੂਰਖ ਤੇ ਕਿੰਨਾਂ ਦੀ ਗੱਲ ਕੀਤੀ ਗਈ ਆਰਥੋਡਾਕਸ ਇਡੀਅਟਸ ਜਿਵੇਂ ਲੈਂਡਲੋਰਡ ਵੀ ਜਾਏ ਚੰਦ ਹੋ ਗਿਆ ਤੇ ਤੁਹਾਨੂੰ ਆਰਾਮ ਹੋ ਗਿਆ ਸ਼ੌਕ ਕਰ ਤੇ ਉਹਨਾਂ ਨੂੰ ਇੱਕ ਸਬਕ ਸਿਖਾਣਾ ਤੇ ਕਿ ਆਈ ਏਮ ਗੋਇੰਗ ਔਨ ਸਟ੍ਰਾਈਕ ਇਹ ਸਬਕ ਸਿਖਾਣਾ ਕਿ ਮੈਂ ਹੁਣ ਹੜਤਾਲ ਤੇ ਜਾ ਰਿਹਾ ਮੈਂ ਇਹਨਾਂ ਦੇ ਬਾਲੋਂ ਨਹੀਂ ਕਟਾਂਗਾ ਆਈ ਏਮ ਗੋਇੰਗ ਟੂ ਬਾਇ ਅ ਜਪਾਨੀਸ ਬਾਈਸਾਈਕਲ ਫਰੋਮ ਰਾਮ ਗੈਮਲਿੰਗ son of ਹੁਕਮ ਚੰਦ for 5 ਰੁਪਏ ਤੇ ਮਰ ਹੁਕਮ ਚੰਦ ਦੇ ਜੁਆਰੀ ਪੁੱਤਰ ਤੋਂ 5 ਰੁਪਏ ਵਿੱਚ ਇੱਕ ਸਾਈਕਲ ਖਰੀਦਾਂਗਾ ਤੇ ਉਹ ਉਹ ਸਾਈਕਲ ਤੇ ਜਾਇਆ ਕਰਾਂਗਾ ਕਿ ਬੰਗਣ ਲਾਲ ਹੁਕਮ ਚੰਦ ਨਾਲ ਨਹੀਂ ਜਾਇਆ ਕਰਾਂਗਾ ਮੈਂ ਸਾਈਕਲ ਤੇ ਜਾਇਆ ਕਰਾਂਗਾ ਤੇ ਨਰੇਟਰ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਉਹ ਖੁਸ਼ ਕਿਉਂ ਹੁੰਦਾ ਕਿ ਚੰਦੂ ਦੇ ਕਰਕੇ ਖੁਸ਼ ਹੁੰਦਾ ਹੈ ਜਾਂ ਕਿਸੇ ਹੋਰ ਕਾਰਨ ਉਹ ਖੁਸ਼ ਹੁੰਦਾ ਨੇ ਤੇ ਨਰੇਟਰ ਇਸ ਕਰਕੇ ਖੁਸ਼ ਹੁੰਦਾ ਕਿ ਉਸ ਨੂੰ ਵੀ ਜਿਹੜਾ ਟਾਊਨ ਜਾਂ ਸ਼ਹਿਰ ਜਾਣ ਦਾ ਜਿਹੜਾ ਮੌਕਾ ਮਿਲੇਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਚੰਦੂ ਹੈ ਬਾਈਸਾਈਕਲ ਖਰੀਦ ਲੈਂਦਾ 5 ਰੁਪਏ ਚ ਤੇ ਉਸ ਨੂੰ ਕਹਿੰਦਾ ਲੇਖਕ ਨੂੰ ਕਹਿੰਦਾ ਕਿ ਇੱਕ ਦਿਨ ਤੂੰ ਰੁਕ ਜਾ ਕਿ ਤੋ ਇੱਕ ਦਿਨ ਰੁਕ ਜਾ ਕਿ ਆਈਸ਼ਾ ਸ਼ੋ ਯੂ ਸਮਥਿੰਗ ਡੈਟ ਊਡ ਮੇਕ ਯੂ ਲਵ ਐਜ਼ ਯੂ ਹੈਵ ਨੈਵਰ ਲਵਡ ਬਿਫੋਰ ਕਿ ਇੱਕ ਦਿਨ ਰੁਕ ਜਾ ਮੈਂ ਤੈਨੂੰ ਇੱਕ ਅਜੀਬ ਚੀਜ਼ ਦਿਖਾਵਾਂਗਾ ਕਿ ਤੇਰਾ ਇੰਨਾ ਹਾਸਾ ਆਏਗਾ ਕਿ ਤੂੰ ਇੰਨਾ ਪਹਿਲਾਂ ਕਦੇ ਨਹੀਂ ਹੱਸਿਆ ਹੋਏਗਾ ਤੇ ਉਹ ਪੁੱਛਦਾ ਨਰੇਟਰ ਪੁੱਛਦਾ ਕਿ ਕਿਹੜੀ ਚੀਜ਼ ਹੈ ਮੈਨੂੰ ਦੱਸ ਦੇ ਤੋ ਕਹਿੰਦਾ ਮੈਂ ਤੈਨੂੰ ਇੱਕ ਖੇਟ ਦੇ ਦਿੰਦਾ ਕਿ ਜਿਹੜਾ ਸੀਕ੍ਰੇਟ ਹੈ ਸਿਰਫ ਬਾਰਬਰ ਨੂੰ ਹੀ ਪਤਾ ਹੁੰਦਾ ਸਿਰਫ ਨਾਈਆਂ ਨੂੰ ਹੀ ਇਸ ਸੀਕ੍ਰੇਟ ਦਾ ਪਤਾ ਹੁੰਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਚੰਦੂ ਐ ਸਾਈਕਲ ਸਿੱਖਣ ਦੀ ਕੋਸ਼ਿਸ਼ ਕਰਦਾ ਜਿਹੜਾ ਲੇਖਕ ਐ ਸਾਈਕਲ ਨੂੰ ਪਿੱਛੋਂ ਉਹਦੇ ਫੜਕੇ ਰੱਖਦਾ ਤੇ ਚੰਦੂ ਸਾਈਕਲ ਚਲਾ ਰਿਹਾ ਹੁੰਦਾ ਲੇਖਕ ਦਾ ਧਿਆਨ ਸਾਈਕਲ ਦੀ ਚਮਕ ਤੇ ਜਾਂਦਾ ਤੇ ਉਸ ਤੋਂ ਬਾਅਦ ਗ੍ਰਿਪ ਲਾਸ ਹੋ ਜਾਂਦੀ ਹੱਥਾ ਤੇ ਤੇ ਚੰਦੂ ਐ ਗਿਰ ਜਾਂਦਾ ਸਾਈਕਲ ਤੋਂ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਸ਼ਾਹੂਕਾਰ ਕਾਫੀ ਜ਼ਿਆਦਾ ਹੱਸਦਾ ਹੈ ਕਿਸਾਨ ਹੁੰਦੇ ਨੇ ਉਸੇ ਦੁਕਾਨ ਤੇ ਉਹ ਵੀ ਹੱਸਦੇ ਨੇ ਤੇ ਸ਼ਾਹੂਕਾਰ ਸ਼ਾਹੂਕਾਰ ਕਹਿੰਦਾ ਬ੍ਰੇਕ ਯਰ ਬੋਨਸ ਐਂਡ ਡਾਈ ਯੂ ਅਪਸਟਾਰਟ ਅਪਸਟਾਰਟ ਦਾ ਮਤਲਬ ਹੁੰਦਾ ਹੈ ਕੱਲ ਦੇ ਨਵਾਬ ਤੇ ਬਹੁਤ ਹੀ ਬੁਰਾ ਕਹਿੰਦਾ ਫਿਰ ਲੈਂਡਲੋਰਡ ਵੀ ਤੇ ਫਿਰ ਦੁਬਾਰਾ ਤੋਂ ਕੋਸ਼ਿਸ਼ ਕਰਦੇ ਨੇ ਚੰਦੂ ਤੇ ਉਸ ਦਾ ਮਿੱਤਰ ਲੇਖਕ ਤੇ ਹੁਣ ਇਸ ਵਾਰ ਕੀ ਹੁੰਦਾ ਕਿ ਲੇਖਕ ਚੰਗੀ ਤਰ੍ਹਾਂ ਸਾਈਕਲ 'ਤੇ ਫੜ ਕੇ ਰੱਖਦਾ ਤੇ ਚੰਦੂ ਵੀ ਚੰਗੀ ਤਰ੍ਹਾਂ ਕੋਸ਼ਿਸ਼ ਕਰਦਾ ਤੇ ਉਹ ਸਾਈਕਲ ਚਲਾਣੀ ਸਿੱਖ ਜਾਂਦਾ ਤੇ ਹੁਣ ਆਉਂਦਾ ਤੀਜਾ ਦਿਨ ਤੇ ਪਹਿਲਾਂ ਚੰਦੂ ਨੇ ਲੇਖਕ ਨੂੰ ਕਿਹਾ ਹੁੰਦਾ ਨਾ ਵੀ ਇੱਕ ਜੋਕ ਦੇ ਬਾਰੇ ਤੈਨੂੰ ਦੱਸਾਂਗਾ ਤੇ ਉਸ ਉਸ ਦਾ ਸਮਾਂ ਆ ਗਿਆ ਤੇ ਉਹ ਉਸ ਨੂੰ ਲੇਖਕ ਨੂੰ ਕਹਿੰਦਾ ਕਿ ਸ਼ਾਹੂਕਾਰ ਦੀ ਦੁਕਾਨ ਤੇ ਦੇਖੋ ਤੇ ਕੀ ਦੇਖਦੇ ਨੇ ਕਿ ਪੀਜ਼ੈਂਟਸ ਨੇ ਕਿਸਾਨ ਨੇ ਉਹ ਲੈਂਡਲੋਰਡ ਵੀ ਵੇਟ ਕਰ ਰਹੇ ਨੇ ਤੇ ਪਾਟ ਫੇਰ ਬਾਅਦ ਵਿੱਚ ਦੇਖਦੇ ਨੇ ਕਿ ਲੈਂਡਲੋਰਡ ਵੀ ਉੱਧਰ ਹੀ ਹੈ ਪਹਿਲਾਂ ਤੇ ਲੈਂਡਲੋਰਡ ਕੀ ਹੈ ਕਿ ਹਮੇਸ਼ਾ ਦਾ ਸ਼ੇਵ ਕਰਕੇ ਰੱਖਦਾ ਆਪਣੀ ਦਾੜੀ ਤੇ ਹੁਣ ਦੇਖਿਆ ਕਿ ਉਸਦੀ ਦਾੜੀ ਕਾਫੀ ਵਧੀ ਹੋਈ ਹੈ ਉਸ ਦਾ ਲੰਬਾ ਵੱਡਾ ਜਿਹਾ ਬੁੱਲ ਹੈ ਤੇ ਬਾਹਰ ਤੇ ਆਸੇ-ਪਾਸੇ ਨ ਉਸਦੇ ਇੱਕ ਵਾਈਟ ਜੀ ਡਰਟੀ ਜੀ ਲੇਅਰ ਹੈ ਉਹ ਜੰਮੀ ਹੋਈ ਹੈ ਤੇ ਉਹ ਕਹਿੰਦਾ ਲੇਖਕ ਕਹਿੰਦਾ ਹਾ ਹਾ ਅ ਸਿਕ ਲਾਇਨ ਹੀ ਲੁੱਕ ਸੀਡੀ ਵੀ ਬਿਮਾਰ ਸ਼ੇਰ ਲੱਗ ਰਿਹਾ ਤੇ ਹੁਣ ਕਹਿੰਦਾ ਚੰਦੂ ਕਹਿੰਦਾ ਕਿ ਸ਼ਾਹੂਕਾਰ ਨੂੰ ਦੇਖੋ ਹੀ ਲੁਕਸ ਲਾਈਕ ਅ ਲੀਪਰ ਲੀਪਰ ਦਾ ਅਰਥ ਹੁੰਦਾ ਕੋੜੀ ਵਿਦ ਬਰਾਊਨ ਟੇਂਜ ਆਫ ਟਬੈਕੋ ਇਨ ਹਿਸ ਮੁਸਤਹਿਸ਼ ਤੇ ਉਸ ਦੀ ਮੁੱਛਾ ਤੇ ਹੁਣ ਤੰਬਾਕੂ ਖਾਂਦਾ ਤੇ ਤੰਬਾਕੂ ਦਾ ਬਰਾਊਨ ਕਲਰ ਵੀ ਉਸ ਦੀ ਮੁੱਛਾ ਤੇ ਲੱਗਿਆ ਹੋਇਆ ਹੁੰਦਾ ਪਹਿਲਾਂ ਤੇ ਉਹ ਸ਼ੇਪ ਵਗੈਰਾ ਕਨੰਦਾ ਚੰਗੀ ਤਰ੍ਹਾਂ ਪਰ ਹੁਣ ਉਸ ਤੇ ਵੀ ਸ਼ੇਵ ਹੈ ਕੋਈ ਕਰਨੀ ਰਿਹਾ ਕਿਉਂਕਿ ਚੰਦੂ ਹੈ ਉਹ ਹੜਤਾਲ ਤੇ ਆ ਤੇ ਚੰਦੂ ਕਹਿੰਦਾ ਉਸ ਨੂੰ ਕਿ ਹੁਣ ਤੂੰ ਦੁਕਾਨ ਦੇ ਅੱਗੇ ਜਾ ਸ਼ਾਹੂਕਾਰ ਦੇ ਦੁਕਾਨ ਦੇ ਅੱਗੇ ਜਾ ਤੇ ਕਾ ਤੇ ਹੁਣ ਤੂੰ ਐਕ ਹੈ ਬੀਵਰਸ 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 ਕੀ ਹੁੰਦਾ ਇੱਕ ਤਰ੍ਹਾਂ ਦਾ ਜਾਨਵਰ ਹੁੰਦਾ ਤੇ ਉਹ ਫਿਰ ਲੇਖਕ ਬੀਵਰਸ ਬੀਵਰਸ ਕੇ ਅੰਦਰ ਤੇ ਸਾਰੇ ਲੋ ਜਿਹੜੇ ਕਿਸਾਨ ਹੈ ਜੋ ਕਿ ਪਹਿਲਾਂ ਚੰਦੂ ਤੇ ਹਸਰੇ ਸੀਗੇ ਤੇ ਹੁਣ ਉਹ ਸ਼ਾਹੂਕਾਰ ਤੇ ਲੈਂਡਲੋਰਡ ਤੇ ਹੱਸਦੇ ਹਨ ਤੇ ਸ਼ਾਹੂਕਾਰ ਕਹਿੰਦੇ ਕੈਚ ਹਿਮ ਹੀ ਇਜ਼ ਇਨ ਲੀਗ ਵਿਦ ਦਾ ਬਾਰਬਰ ਬாய் ਵੀ ਇਸ ਨੂੰ ਫਰਲੋਸ ਮੁੰਡੇ ਨੂੰ ਲੇਖਕ ਨੂੰ ਫੜ ਲਓ ਉਹ ਵੀ ਬਾਰਬਰ ਬாய் ਦੇ ਨਾਲ ਚੰਦੂ ਦੇ ਨਾਲ ਮਿਲਿਆ ਹੋਇਆ ਤੇ ਇਹ ਜਿਹੜੀ ਗੱਲ ਹੈ ਹਰ ਪਾਸੇ ਫੈਲ ਜਾਂਦੀ ਹੈ ਕੀ ਗੱਲ ਫੈਲ ਜਾਂਦੀ ਹੈ ਕਿ ਜਿਹੜਾ ਚੰਦੂ ਆ ਉਹ ਹੜਤਾਲ ਤੇ ਆ ਤੇ ਇਹਨਾਂ ਦੀ ਦਾੜੀ ਹੈ ਕਾਫੀ ਮੀਨਸ ਕੀ ਵਧੀ ਹੋਈ ਹੈ ਤੇ ਲੋਕ ਕਿ ਇਹਨਾਂ ਦਾ ਕਾਫੀ ਮਖੌਲ ਬਣਾਉਂਦੇ ਨੇ ਤੇ ਲੈਂਡਲੋਰ ਦੀ ਵਾਈਫ ਹੁੰਦੀ ਹੈ ਜ਼ਮੀਂਦਾਰ ਦੀ ਵਾਈਫ ਹੁੰਦੀ ਹੈ ਤੇ ਉਸ ਨੂੰ ਧਮਕੀ ਦਿੰਦੀ ਹੈ ਕਿ ਮੈਂ ਕਿਸੇ ਹੋਰ ਨਾਲ ਭੱਜ ਜਾਣਾ ਕਿਉਂ ਭੱਜ ਜਾਣਾ ਕਿਉਂਕਿ ਉਹ ਪੈਸੀ 20 ਸਾਲ ਉਸ ਤੋਂ ਛੋਟੀ ਹੁੰਦੀ ਹੈ ਤੇ ਹੁਣ ਕੀ ਇਹ ਵਧੀਆ ਨਹੀਂ ਲੱਗ ਰਿਹਾ ਕਿ ਹੁਣ ਉਹ ਦਾੜੀ ਵੀ ਵਧੀ ਹੋਈ ਹੈ ਨਾ ਤੇ ਵਧੀਆ ਨਹੀਂ ਲੱਗ ਰਿਹਾ ਤੇ ਉਸ ਨੂੰ ਧਮਕੀ ਦਿੰਦੀ ਹੈ ਕਿ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਭੱਜ ਜਾਣਾ ਤੇ ਚੰਦੂੰ ਦਾ ਕਿ ਉਹ ਹੁਣ ਸ਼ਹਿਰ ਵਿੱਚ ਸਾਈਕਲ ਤੇ ਸ਼ਹਿਰ ਜਾਂਦਾ ਤੇ ਬਿਜ਼ਨਸ ਕਰਦਾ ਲੋਕਾਂ ਦੇ ਵਾਲ ਵਗੈਰਾ ਕੱਟਦਾ ਤੇ ਉਹ ਬਹੁਤ ਹੀ ਵਧੀਆ ਬਿਜ਼ਨਸ ਕਰ ਰਿਹਾ ਹੁੰਦਾ ਤੇ ਹੁਣ ਪਿੰਡ ਵਿੱਚ ਲੋਕਾਂ ਦੇ ਕੋਈ ਵਾਲ ਕੱਟ ਨਹੀਂ ਰਿਹਾ ਹੁੰਦਾ ਤੇ ਹੁਣ ਸਾਰੇ ਵੱਡੇ ਕੀ ਕਰਦੇ ਚੰਦੂ ਦੀ ਮਦਰ ਕੋਲ ਜਾਂਦੇ ਨੇ ਤੇ ਉਹਨੂੰ ਧਮਕੀ ਦਿੰਦੇ ਜੇ ਹਸਨੇ ਸਾਡਾ ਕਿਹਾ ਨਾ ਬਣਿਆ ਨਾ ਮੰਨਿਆ ਤੇ ਅਸੀਂ ਉਸਨੂੰ ਜੇਲ੍ਹ ਭੇਜਾਂਗੇ ਤੇ ਕਿ ਚੰਦੂ ਦੀ ਮਦਰ ਹੁੰਦੀ ਆ ਚੰਦੂ ਦੀ ਮੰਮੀ ਹੁੰਦੀ ਆ ਤੇ ਉਸ ਦੀ ਲਾਈਫ ਵਿੱਚ ਹੁਣੇ-ਹੁਣੇ ਪ੍ਰੋਸਪੇਰਿਟੀ ਖੁਸ਼ਹਾਲੀ ਆਈ ਹੁੰਦੀ ਆ ਤੇ ਉਹ ਸਾਰਾ ਬਹੁਤ ਕੁਝ ਸੁਣਨਾਂ ਨੂੰ ਸੁਣਾ ਦਿੰਦੀ ਆ ਉਹ ਸਾਰਾ ਕੁਝ ਉਹਨਾਂ ਨੂੰ ਸੁਣਾ ਦਿੰਦੀ ਆ ਜੋ ਕਿ ਉਹਨਾਂ ਜੋ ਕਿ ਉਹ ਨਾ ਬਾਰੇ ਸੋਚਦੀ ਆ ਤੇ ਫਿਰ ਉਸ ਵੱਡੇ ਪਿੰਡ ਦੇ ਸੋਚਦੇ ਨੇ ਕਿ ਅਸੀਂ ਇਹਨੂੰ ਵੇਰ ਕਰ ਦੁੱਜੇ ਪਿੰਡ ਤੋਂ ਆ ਜਿਹੜਾ ਬਾਰਬਰ ਨਾਈ ਉਹ ਬੁਲਾਵਾਂਗੇ ਤੇ ਉਸ ਨੂੰ ਨਾ 25 ਤੇ ਉਸ ਨੂੰ ਇੱਕ ਆਣਾ ਦਵਾਂਗੇ ਤੇ 4 ਅੰਨੇ ਦਾ 1 ਰੁਪਿਆ ਹੁੰਦਾ ਤੇ 25 ਪੈਸੇ ਦਾ ਹੀ ਕੰਨਾ ਹੁੰਦਾ ਵੀ ਉਸ ਨੂੰ ਆਣਾ ਦਵਾਂਗੇ ਮੀਨਸ ਕਿ ਵੱਧ ਪੈਸੇ ਦਵਾਂਗੇ ਇਨਸਟੈਡ ਆਫ 2 ਪਾਈਸ ਪਾਈਸ ਹੁੰਦਾ 1/4th ਆਫ ਦਾ ਆਨਾ ਕਿ ਆਨੇ ਦਾ 1/4 ਹਿੱਸਾ ਨੂੰ ਪਾਈਸ ਕਿਹਾ ਜਾਂਦਾ ਤੇ ਉਹ ਚੰਦੂ ਨੂੰ ਦਿੰਦੇ ਸੀ ਕਿ 2 ਪਾਈਸ ਸੇ ਉਹਨੂੰ ਦੇਵਾਂਗੇ ਇਹ ਕਾਰਨਾਂ ਤੇ ਉਸ ਨੂੰ ਜ਼ਿਆਦਾ ਪੈਸੇ ਦੇਵਾਂਗੇ ਤੇ ਦੂਜੇ ਨਾਈ ਨੂੰ ਬੁਲਾਵਾਂਗੇ ਤੇ ਹੁਣ ਚੰਦੂ ਦੇ ਮਾਈਂਡ ਵਿੱਚ ਇੱਕ ਆਈਡੀਆ ਆਂਦਾ ਤੇ ਕੀ ਕੀ ਆਈਡੀਆ ਆਂਦਾ ਉਹ ਸੋਚਦਾ ਕਿ ਹੁਣ ਕਾਫੀ ਸਮਾਂ ਹੋ ਗਿਆ ਹੈ ਕਿ ਹੁਣ ਜਿਹੜੇ ਨਾਈ ਲੋਕ ਨੇ ਉਹੀ ਲੋਕਾਂ ਦੇ ਘਰ ਜਾ ਜਾ ਕੇ ਲੋਕਾਂ ਦੀ ਸ਼ੇਵਿੰਗ ਕਰ ਰਹੇ ਸੀਗੇ ਉਹਨਾਂ ਦੇ ਵਾਲ ਕੱਟ ਰਹੇ ਸੀਗੇ ਬਟ ਹੁਣ ਐ ਸਮਝਾਣਾ ਚਾਹੀਦਾ ਹੈ ਕਿ ਹੁਣ ਲੋਕਾਂ ਨੂੰ ਉਹਨਾਂ ਨਾਈਆਂ ਕੋਲ ਆ ਕੇ ਲੋਕਾਂ ਕੋਲ ਲੈ ਨਾਇਆ ਕੋਲ ਆਉਣਾ ਚਾਹੀਦਾ ਤੇ ਉਸ ਤੇ ਮਨ ਵਿੱਚ ਆਈ ਡੀਆ ਆਂਦਾ ਤੇ ਉਹ ਹੋਰ ਵੀ ਲੋਕਾਂ ਹੋਰ ਵੀ ਆਪਣੇ ਆਸ-ਪਾਸ ਦੇ ਜਿਹੜੇ ਆਂਡ ਗਵਾਂਡ ਦੇ ਜਿਹੜੇ ਵੀ ਨਾਈ ਹੁੰਦੇ ਨੇ ਨਾਲ ਦੇ ਪਿੰਡਾਂ ਦੇ ਉਹਨਾਂ ਨੂੰ ਇਕੱਠਾ ਕਰਦਾ ਤੇ ਇੱਕ ਦੁਕਾਨ ਖੋਲਦਾ ਤੇ ਇਸ ਤਰ੍ਹਾਂ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਸ ヘア ਡ्रेसਿੰਗ ਐਂਡ ਸ਼ੇਵਿੰਗ ਸਲੂਨ ਇਹ ਜਿਹੜਾ ਆਈਡੀਆ ਹੈ ਕਈ ਹੋਰ ਟ੍ਰੇਡ ਯੂਨੀਅਨਸ ਵੀ ਹੈ ਉਹ ਫਾਲੋ ਕਰਦੀਆਂ ਨੇ ਤੇ ਇਸ ਤਰ੍ਹਾਂ ਚੰਦੂ ਇੱਕ ਮਿਸਾਲ ਬਣਦਾ ਹੈ ਕਿ ਕਿੰਨਾ ਵਧੀਆ ਉਹ ਕੰਮ ਕਰਦਾ ਤਾਂ ਇੱਕ ਮਿਸਾਲ ਹੈ ਉਹ ਆਪਣੀ ਕਾਇਮ ਕਰਦਾ ਹੈ ਤੇ ਦੋਸਤੋ ਐਸੀ ਕੀ ਕਹਾਣੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਸੰਗੀਤਾਂ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਹੈ ਉਹ